ਉਹ ਉਦੋਂ ਦੀ ਗੱਲ ਵੀ ਧਿਆਨ ਨਹੀਂ ਸੀ ਪੜ੍ਹਾਈ ਉੱਤੇ, ਦਿਮਾਗ ਨਹੀਂ ਚੱਲਦਾ ਸੀ ਅਤੇ ਰੋਜ਼ ਕੁੱਟ ਪੈਂਦੀ ਸਕੂਲ ਚੋਂ, ਘਰ ਆ ਕੇ ਮਾਂ ਨੂੰ ਕਹਿਣਾ ਵੀ ਮੰਮੀ ਮੈਂ ਨਹੀਂ ਕੱਲ੍ਹ ਸਕੂਲ ਜਾਣਾ, ਮੈਨੂੰ ਮੇਰਾ ਜਿਹੜਾ ਅਧਿਆਪਕ ਆ ਮਾਸਟਰ ਰੋਜ਼ ਕੁੱਟਦਾ, ਕਹਿੰਦੇ ਪੁੱਤ ਕੋਈ ਗੱਲ ਨਹੀਂ ਕੁੱਟ ਖਾ ਕਰਕੇ ਪੜ੍ਹਨਾ ਸਿੱਖਣੇ ਪਰ ਜਾਣਾ ਰੋਜ਼ ਇਹ ਤੋਰ ਹੁੰਦੀ। ਉਹਨੇ ਰੋ ਮੇਰੇ ਘਰ ਆਉਣਾ ਵੀ ਇੱਕ ਦਿਨ ਬੜਾ ਜਿੱਦ ਕੀਤੀ ਵੀ ਮੈਂ ਨਹੀਂ ਜਾਣਾ, ਘਰੋਂ ਵੀ ਕੁੱਟ ਖਾ ਲਈ ਮਾਂ ਨੇ ਕਿਉਂ ਵੀ ਜਾਂਦਾ ਕਦੇ ਨਹੀਂ ਐਂ ਹੁੰਦਾ ਚਲੋ ਤੋਰ ਪਾ ਲਈ ਘਰੋਂ ਘਰੋਂ ਗਿਆ ਪਰ ਸਕੂਲ ਨਹੀਂ ਗਿਆ। ਰਾਹ ਦੇ ਵਿੱਚ ਨਾ ਇੱਕ ਗੁਰਦੁਆਰਾ ਸਾਹਿਬ ਆ ਗਿਆ, ਉੱਥੇ ਗੁਰਦੁਆਰੇ ਚ ਲੈ ਗਏ ਤੁਸੀਂ ਨਹੀਂ ਕਰਨਾ ਇੱਦਾਂ, ਮੈਂ ਤੁਹਾਨੂੰ ਸਮਝਾ ਲਿਆ ਕਿ ਠੀਕ ਆ ਇਹਨੇ ਵੀ ਸਕੂਲ ਗਏ ਤੇ ਗੁਰਦੁਆਰੇ ਆ ਕੇ ਲੈ ਗਏ, ਮੈਂ ਨਹੀਂ ਕਰਨਾ ਕਦੇ ਵੀ ਠੀਕ ਆ ਬੱਚੇ ਇਹ ਮੇਰੇ ਤਾਂ ਸਾਖੀ ਹੈ ਸਮਝਾ। ਜਦੋਂ ਗੁਰਦੁਆਰੇ ਆ ਕੇ ਬੈਠੇ ਆ ਉਹਨੇ ਫਿਰ ਅੱਛੇ ਅੱਗੇ ਪਾਠ ਸੁਣਿਆ ਲੰਗਰ ਸੇਵਾ ਕੀਤੀ, ਕਿਉਂਕਿ ਗੁਰਦੁਆਰੇ ਦੇ ਬਾਬਾ ਜੀ ਸਾਹਿਬ ਨੇ ਵੇਖਿਆ ਵੀ ਬੱਚਾ ਨਿਕਲ ਗਿਆ ਸਕੂਲ ਦਾ ਬਸਤਾ ਝੂੜਾ ਬੈਗ ਕਰ ਇਹਦੇ ਕੋਲ ਆ ਤੇ ਸਕੂਲ ਕਰ ਨਹੀਂ ਗਏ ਬੁਲਾ ਰਿਹਾ ਵੀ ਪੁੱਤ ਲਿਆ ਫਿਰ ਚਲੋ ਬਿਠਾਇਆ ਕੋਲ ਤਿਆਰ ਕੀਤਾ ਤੇ ਕਹਿੰਦੇ ਵੀ ਪੁੱਤ ਕੀ ਕਰਦਾ ਸਕੂਲ ਨਹੀਂ ਗਿਆ, ਉਹਨੇ ਸਾਰੀ ਗੱਲ ਦੱਸੀ ਕਹਿੰਦਾ ਬਾਬਾ ਜੀ ਡਰ ਲੱਗਦਾ ਵੀ ਐਂ ਕਰਦਾ ਜਦੋਂ ਪੜ੍ਹਾਈ ਆਉਂਦੀ ਨੀ ਤੇ ਮਾਸਟਰ ਕੁੱਟਦਾ ਮਾਂ ਧੱਕੇ ਨਾਲ ਭੇਜਿਆ ਮੈਂ ਨਹੀਂ ਜਾਣਾ ਸਕੂਲ, ਤੇ ਬਾਬਾ ਜੀ ਕਹਿੰਦੇ ਪੁੱਤਰਾ ਵੀ ਜੇ ਮੈਂ ਤੈਨੂੰ ਚੀਜ਼ ਦੇਵਾਂ ਤੂੰ ਮੰਨੇਗਾ ਮੇਰੀ ਗੱਲ, ਕਹਿੰਦਾ ਮੰਨੂਗਾ, ਕਹਿੰਦੇ ਮੰਨੀ ਤੇਰੀ ਗੱਲ ਦੇਖੀ ਤੈਨੂੰ ਪੜ੍ਹਾਈ ਵੀ ਆ ਵੀ ਜ਼ਿੰਦਗੀ ਚ ਤੂੰ ਕਾਮਯਾਬ ਹੋਏਗਾ, ਕਹਿੰਦੇ ਜੀ ਕੀ ਉਸ ਵੇਲੇ ਕਹਿੰਦੇ ਬਾਬਾ ਜੀ ਨੇ ਨਾ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖ ਕੇ ਦਿੱਤਾ, ਹੈਗਾ ਮੁਸਲਮਾਨਾਂ ਦਾ ਬੱਚਾ ਸੀ ਪਰ ਕੀ ਦਿੱਤਾ ਲਿਖੇ ਮੂਲ ਮੰਤਰ ਇੱਕ ਓਅੰਕਾਰ ਜਿਹੜਾ ਆਪਾਂ ਨੇ ਪੜ੍ਹਿਆ, ਕਹਿੰਦੇ ਪੁੱਤਾ ਲੈ ਉਹਨੂੰ ਪੜ੍ਹਾ ਵੀ ਦਿੱਤਾ ਵੀ ਕਿਵੇਂ ਪੜ੍ਹਨਾ ਯਾਦ ਕਰਾਤਾ ਵੀ ਹੁਣ ਤੂੰ ਸਵੇਰੇ ਉੱਠ ਕੇ ਵੀ ਪੜ੍ਹਨਾ ਹੈ ਤੇ ਰਾਤ ਨੂੰ ਸੌਣ ਕੇ ਵੀ ਪੜ੍ਹਨਾ, ਜਦੋਂ ਸਕੂਲ ਜਾਂਦਾ ਤੁਰ ਕੇ ਜਾਂਦਾ ਅੱਧਾ ਘੰਟਾ ਲੱਗਦਾ ਜਾਂਦਾ ਵੀ ਪੜ੍ਹੀ ਜਾਇਆ ਕਰ ਆਉਂਦਾ ਵੀ ਪੜ੍ਹਿਆ ਕਰ ਤੇ ਬਹਿ ਜਾਇਆ ਕਰ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਾਹਰ ਤੈਨੂੰ ਪੜ੍ਹਾਈ ਆਵੇ ਮਨ ਲਾ ਕੇ ਪੜ੍ਹਾਈ ਕਰ ਦੇਖੀ ਤੈਨੂੰ ਗੁਰੂ ਮੰਤਰ ਕਿੱਥੇ ਲੈ ਕੇ ਜਾਂਦਾ। ਉਹ ਬੱਚੇ ਨੇ ਇਹੀ ਕੀਤਾ ਸਵੇਰੇ ਵੀ ਗੁਰੂ ਮੰਤਰ ਸ਼ਾਮ ਨੂੰ ਵੀ ਗੁਰੂ ਮੰਤਰ ਆਉਂਦਾ ਜਾਂਦਾ ਵੀ ਪੜ੍ਹੀ ਜਾਂਦਾ ਸੀ ਗੁਰੂ ਮੰਤਰ ਹਨਾ ਤੇ ਮਨ ਲਾ ਕੇ ਉਹਨੇ ਪੜ੍ਹਾਈ ਕਰਨੀ ਸ਼ੁਰੂ ਕਰਤੀ ਮਨ ਲਾ ਕੇ ਅਰਦਾਸਾਂ ਕਰ ਦਿੱਤੀ ਤੇ ਬੱਚੇ ਉਹ ਬੱਚਾ ਜਿਹੜਾ ਗੁਰੂ ਮੰਤਰ ਨਾਲ ਜੁੜਿਆ ਨਾ ਇੱਕ ਦਿਨ ਫਿਰ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਯਾਕੂਬ ਮੂਲੋ। ਜਦੋਂ ਉਹਦੇ ਘਰ ਇੱਕ ਪੱਤਰਕਾਰ ਗਿਆ ਇਹਨੇ ਲਿਖੀ ਹੱਲ ਕੀਤੀ ਉਹਨੇ ਦੇਖਿਆ ਵੀ ਹੈ ਮੁਸਲਮਾਨ ਉਹਦੀ ਘਰ ਦੀ ਮਦਦ ਤੇ ਨਾ ਵੱਡਾ ਅਨਸਾਰ ਕਰਕੇ ਗੁਰੂ ਮੰਤਰ ਲਿਖਿਆ ਹੋਇਆ ਉਹ ਕਹਿੰਦੇ ਵੀ ਇਹ ਕੀ ਹੈ ਜੀ ਪਹਿਲਾਂ ਵੀ ਜਿਹੜੇ ਮੇਰੇ ਮੇਰੇ ਤੇ ਬਖਸ਼ਿਸ਼ਾਂ ਹੋਈਆਂ ਨੇ ਜੋ ਕੁਝ ਅੱਜ ਮੈਂ ਬਣਿਆ ਸਾਰਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਗੱਲ ਕਰਦਾ ਸਾਰੀ ਕਹਾਣੀ ਉਹਦੇ ਉੱਤੇ ਸੁਣਾਈ ਵੀ ਕਿੱਦਾਂ ਮੈਂ ਗੁਰੂ ਮੰਤਰ ਨਾਲ ਜੁੜਿਆ ਤੇ ਅੱਜ ਤੱਕ ਜੁੜਿਆ ਹੋਇਆ ਇੱਕ ਮੁਸਲਮਾਨ ਹੋ ਗਈ ਤੇ ਬਾਬੇ ਨਾਨਕ ਦੀ ਅੱਡੀ ਕਿਰਪਾ ਵੀ ਅੱਜ ਮੈਂ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ। ਤੁਸੀਂ ਸੋਚੋ ਬੱਚਿਓ ਜੇ ਮਨ ਲਾ ਕੇ ਪੜ੍ਹਾਈ ਕਰੋਗੇ ਸਵੇਰੇ ਤੇ ਸ਼ਾਮ ਗੁਰਦੁਆਰੇ ਮੱਥਾ ਟੇਕੋਗੇ ਤੇ ਗੁਰੂ ਮੰਤਰ ਦਾ ਜੇ ਪਾਲ ਕਰੋਗੇ ਤੁਸੀਂ ਕਿੱਥੇ ਵੀ ਪਹੁੰਚੋਗੇ ਕਾਮਯਾਬ ਹੋਣਾ ਚਾਹੁੰਦੇ ਜ਼ਿੰਦਗੀ ਚ ਹੋਣਾ ਚਾਹੁੰਦੇ ਹੋ ਨਾ ਤੇ ਮਨ ਲਾ ਕੇ ਪੜ੍ਹਾਈ ਕਰਿਆ ਕਰੋ ਤੇ ਨਾਲ ਪਾਲ ਬਸ ਉਹ ਵਾਲੀ ਕਰਨਾ ਸਵੇਰੇ 5 ਵਜੇ ਤੇ ਸ਼ਾਮ ਨੂੰ ਬਸ ਇੰਨਾ ਵੀ ਕਰਨਾ ਬੰਦਾ ਤਾਂ ਨਹੀਂ ਇੱਕ ਮਿੰਟ ਨਹੀਂ ਲੱਗਣਾ ਤੁਸੀਂ ਟਿੱਕ ਵੀ ਕਰੋਗੇ ਨਾ ਇੱਕ ਸਤਨਾਮ ਏਦਾਂ ਵੀ ਕਰੋਗੇ ਹੌਲੀ ਹੌਲੀ ਇੱਕ ਮਿੰਟ ਵਿੱਚ 5 ਵਾਰੀ ਮੂਵਮੈਂਟ ਹੋ ਜਾਏ ਇੱਕ ਮਿੰਟ ਇੰਨਾ ਕੁ ਤਾਂ ਕਰ ਸਕਦੇ ਹੋ ਤੇ ਔਖਾ ਤਾਂ ਨਹੀਂ ਅੱਧਾ ਤਾਂ ਘੰਟਾ ਬਗੈਰ ਦੇਖ ਸਕਦੇ ਹੋ ਘੰਟਾ ਚਲਾ ਸਕਦੇ ਪੰਜ ਇੱਕ ਮਿੰਟ ਦਾ ਕੀ ਹੋਊਗਾ ਕਰ ਲਓਗੇ ਯਾਰ ਕਰੋਗੇ ਅੱਜ ਮੈਂ ਕੱਲ੍ਹ ਪੁੱਛੂਗਾ ਤੁਹਾਨੂੰ ਬੱਚੇ ਕਰਦੇ ਆਪਾਂ ਸਨਮਾਨ ਵੀ ਕਰਨਗੇ ਜਿੱਦਾਂ ਸਮਾਪਤੀ ਕਰ ਗਏ ਮੰਮੀ ਡੈਡੀ ਆਪਾਂ ਸਾਰਿਆਂ ਨੂੰ ਪਾਲ ਕਰਦੀ
ਕਿਹਾ ਬੱਚਿਓ ਤੁਸੀਂ ਗੁਰੂ ਸਾਹਿਬ ਦੇ ਹਜ਼ੂਰ ਬਹਿ ਕੇ ਵਾਅਦਾ ਕੀਤਾ ਤੁਸੀਂ ਹਾਂ ਕੀ ਕਰਾਂਗੇ ਜੀ ਤੇ ਝੂਠੇ ਨਹੀਂ ਪੈਣਾ ਆਪਾਂ ਨੇ ਕੀ ਨਹੀਂ ਪੈਣਾ ਹਾਂ ਗੁਰੂ ਸਾਹਿਬ ਨਾਲ ਵਾਅਦਾ ਕਰਕੇ ਚੱਲੇ ਹਾਂ ਤੇ ਜਾ ਕੇ ਨਾ ਸ਼ਾਮ ਨੂੰ ਸੌਣ ਲੱਗੇ ਭੁੱਲ ਨਾ ਜਾਇਓ ਪਾਠ ਕਰਿਓ ਪੰਜ ਵਾਰੀ ਸਵੇਰੇ ਉੱਠ ਕੇ ਕਰਿਓ ਠੀਕ ਹੈ ਜੀ ਚਲੋ ਇੱਕ ਵਾਰ ਫਿਰ ਪੜ੍ਹੋ ਤੁਹਾਡੇ ਜਾਣ ਸਾਹਿਬ ਜੋ ਜਵਾਨੀ ਯਾਦ ਹੋ ਜਾਏ ਸਾਰੇ ਘਰ ਨੂੰ ਤੁਸੀਂ ਬੱਚੇ ਨਵੇਂ ਆਏ ਤੋਂ ਪਤਾ ਲੇਟ ਹੋ ਗਏ ਸੁਣਿਆ ਧਿਆਨ ਨਾਲ ਸੁਣ ਕੇ ਹੋ ਜਾਓ ਇੱਕ ਓਅੰਕਾਰ ਬੋਲੋ ਇੱਕ ਓਅੰਕਾਰ